ਹਾਂ ਜੀ ਸਰ, ਲੋਕ ਸਭਾ ਆ ਕੇ ਤੁਸੀਂ ਦੌਰਾ ਕਰ ਰਹੇ ਹੋ, ਕਿੱਦਾਂ ਦਾ ਰਿਸਪੋਂਸ ਮਿਲ ਰਿਹਾ? ਬਹੁਤ ਵਧੀਆ ਰਿਸਪੋਂਸ ਹੈ। ਮੈਂ ਕੱਲ੍ਹ ਦੇਖੀ ਹੈ ਕਿ ਵਰਕਰਾਂ 'ਚ ਬੜਾ ਜੋਸ਼ ਹੈ, ਕਿ ਜਿੰਨਾ ਵਰਕਰ ਹੈ ਇੱਕ ਤਾਂ ਇਕੱਠਾ, ਇੱਕ ਉਹਦੇ ਜੋਸ਼ ਹੈ, ਫਾਈਟਿੰਗ ਸਪਿਰਿਟ ਹੈ। ਹਰ ਪਾਰਟੀ ਜਿਹਦੇ ਪਾਰਟੀ ਦੇ ਵਰਕਰ ਫਾਈਟਿੰਗ ਸਪਿਰਿਟ ਛੋੜਨ, ਉਹ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ। ਮੈਨੂੰ ਬੜਾ ਕੌਨਫੀਡੈਂਸ ਮਿਲਿਆ ਸੰਗਰੂਰ ਆ ਕੇ। ਮੈਂ 3 ਦਿਨ ਹੋ ਗਏ ਮੇਰੇ 9 ਹਲਕੇ ਸਾਰਾ ਪਾਰਲੀਮੈਂਟ ਦਾ, ਸੰਗਰੂਰ ਪਾਰਲੀਮੈਂਟ ਦਾ ਮੈਨੂੰ ਲੱਗਦਾ ਅਖੀਰਲਾ ਹਲਕਾ ਹੈ ਜਦੋਂ ਮੈਂ ਅੱਜ ਕੰਪਲੀਟ ਹੋ ਜੂਗਾ ਮੇਰਾ। ਪਰ ਮੈਂ ਕਹਿਣਾ ਚਾਹੁੰਦਾ ਬਹੁਤ ਵਰਕਰਾਂ 'ਚ ਜੋਸ਼ ਹੈ। ਅਗਰ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਿਵੇਂ ਨਸ਼ਾਖੋਰੀ ਉੱਤੇ ਗੁਰਪ੍ਰੀਤ ਸਿੰਘ ਦਿਓ ਨੇ ਬਿਆਨ ਦਿੱਤਾ ਜੀ, ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ, ਇਸ ਟਾਈਮ ਮੁਖੀ ਨੇ, ਕਿਉਂਕਿ ਸਰਕਾਰ ਤਾਂ ਚੱਲ ਨਹੀਂ ਰਹੀ, ਅਫਸਰ ਸਹੀ ਹੈ, ਆ ਜਿਹੜੇ ਕਾਂਗਰਸ ਦੇ MLA ਆ ਆਹ ਬਕਾਉਂਦੇ ਆ, ਵੱਡੇ ਵੱਡੇ ਤਸਕਰਾਂ ਨਾਲ ਇਹਨਾਂ ਨੇ ਪੈਸੇ ਬੰਨ ਲਏ ਹੈ, ਸਰਕਾਰ ਤਾਂ ਮੁੱਖ ਮੰਤਰੀ ਨੂੰ ਕੰਟਰੋਲ ਹੈ ਨਹੀਂ, ਸੋ ਹਾਲਾਤ ਹੀ ਹੈ ਜੀ। ਜੀ ਇੱਕ SIT ਦੇ ਵਿਜੇ ਪ੍ਰਤਾਪ ਸਿੰਘ ਨੇ ਅਕਾਲੀ ਦਲ 'ਤੇ ਦੋਸ਼ ਲਾਇਆ, ਤਾਂ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਉਹ SIT ਨਹੀਂ ਰਹੀ, ਕਾਂਗਰਸ ਦੀ ਏਜੰਸੀ ਬਣ ਗਈ ਹੈ। ਸਰ ਰਾਮ ਰਜੀਮ 'ਤੇ ਵੀ ਪਹੁੰਚਣ ਦੀ ਉਹ ਕਰ ਰਹੇ ਨੇ, ਜੋ ਮਰਜ਼ੀ ਕਰਨ ਆਪਾਂ ਕੀ ਲੈਣਾ? ਸਰ ਕਰਤਾਰਪੁਰ ਲੰਘੇ ਤਾਂ ਤੁਸੀਂ ਪਾਕਿਸਤਾਨ ਦੇ ਰਵੀਏ ਨੂੰ ਕਿਸ ਤਰ੍ਹਾਂ ਦੇਖਦੇ? ਮੈਂ ਕਹਿੰਦਾ ਕਿ ਕਰਤਾਰਪੁਰ ਲੰਘ ਗਏ ਜੀ, ਪਤਾ ਲੱਗ ਗਿਆ ਕਿ ਪਾਕਿਸਤਾਨ ਕਿੰਨਾ ਵੱਡਾ ਫਰੌਡ ਖੇਡ ਰਿਹਾ। ਜਦੋਂ ਪਹਿਲੇ ਤਾਂ ਜਦੋਂ ਮੀਟਿੰਗ ਹੋਈ, ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਘੱਟ ਤੋਂ ਘੱਟ 5,000 ਤੋਂ ਲੈ ਕੇ 10,000 ਸੰਗਤ ਰੋਜ਼ ਅਲਾਓ ਕਰੋ, ਅਤੇ ਪਾਕਿਸਤਾਨ ਕਹਿਣ ਲੱਗੀ ਨਹੀਂ ਇਕੱਲੇ 500। ਹੁਣ 500 ਐਡਾ ਵੱਡਾ ਤੁਸੀਂ ਇਨਫਰਾਸਟ੍ਰਕਚਰ ਬਣਾਓਗੇ, 500 ਬੰਦੇ, ਫਿਰ ਕਹਿੰਦੇ ਇਕੱਲੇ ਗੱਡੀ 'ਚ ਜਾਣਗੇ, ਫਿਰ ਕਹਿੰਦੇ ਉਹ ਵੀ 2 ਸਾਲ ਵਾਸਤੇ ਅਸੀਂ ਬੰਦ ਕਰਾਂਗੇ 2 ਸਾਲ ਬਾਅਦ। ਇਹੋ ਜਿਹੀ ਗੱਲ, ਇਹਦਾ ਮਤਲਬ ਪਰਪਸ ਕੀ ਹੈ ਕਿ ਜਾਣ ਕੇ ਹੁਣ ਵਿੱਚ ਅੜਚਣਾ ਪਾਉਣੀਆਂ। ਸਰ ਇੱਕ ਗੁਰਦੇਵ ਸਿੰਘ ਘੁੜਿਆਨ ਜਿਹੜੇ ਹੈਗੇ ਮੁੜ ਅਕਾਲੀ ਦਲ 'ਚ ਸ਼ਾਮਿਲ ਹੋਣ ਜਾ ਰਹੇ ਨੇ, ਕਾਂਗਰਸ ਚਲੇ ਗਏ ਸੀ, ਮਤਲਬ ਕਿਵੇਂ ਕੌਣ ਗੁਰਦੇਵ ਸਿੰਘ ਘੁੜਿਆਨ ਜਿਹੜਾ ਹੈਗੇ ਸੀ CPM ਦੇ ਟਕਸਾਲੀ ਵੀ ਸੈਰ ਕਰਨ ਗਏ ਸਰ? ਸਰ ਇੱਕ ਕੈਪਟਨ ਸਾਹਿਬ ਦੀ 2 ਸਾਲ ਹੋ ਗਏ ਸਰਕਾਰ ਨੂੰ, ਉਹਨਾਂ ਨੇ ਵਾਅਦੇ ਕੀਤੇ ਨੌਕਰੀਆਂ ਦੇ ਉੱਤੇ। ਯਾਰ ਮੈਂ ਕਹਿੰਦਾ ਸਭ ਤੋਂ ਨਿਕੰਮਾ ਨਿਖਿੱਧ ਨਲਾਇਕ ਮੁੱਖ ਮੰਤਰੀ ਜੇ ਹੈ ਕੈਪਟਨ। ਸਰ ਸਿੱਧੂ ਦੇ ਪਾਕਿਸਤਾਨੀ ਪ੍ਰੇਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ? ਯਾਰ ਪਾਕਿਸਤਾਨੀਆਂ ਦਾ ਕਈਆਂ ਦਾ ਪ੍ਰੇਮ ਹੈ ਪਾਕਿਸਤਾਨਾਂ ਦਾ, ਕਾਂਗਰਸੀਆਂ ਦਾ। ਜੀ 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 ਸਰ ਇੱਕ ਫਤਿਹਗੜ੍ਹ ਸੀਟ ਸਰ ਕਿੰਨਾ ਮੁੱਦਾ ਚੋਣ ਲੜ ਰਹੀ ਸਰ? ਇਕਨੋਮਿਕ ਡਿਵੈਲਪਮੈਂਟ ਸਰ ਇੱਕ ਫਤਿਹਗੜ੍ਹ ਸਾਹਿਬ ਟਿਕਟ ਨੂੰ ਲੈ ਕੇ ਉਹ ਜਿਹੜੀ ਸਖਾਲੀ ਹੋ ਗਏ, 2 ਅਫਸਰਾਂ ਨੇ ਜਿਹੜੀ ਹੈਗੇ ਰਿਜ਼ਾਈਨ ਦਿੱਤਾ ਸੀਗਾ। ਕਿਹੜੇ ਅਫਸਰ? ਇੱਕ ਤਾਂ ਸਤਰਾਣਾ ਦੇ ਜਿਹੜੇ ਆਪਣੇ MLA ਹੈਗੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੇ ਹਸਬੈਂਡ ਨੇ ਦਿੱਤਾ ਸੀ, ਇੱਕ ਨੇ ਹੋਰ ਦਿੱਤਾ ਸੀਗਾ, ਉਹ ਇੱਕ ਜੁਆਇਨ ਕਰ ਗਏ ਹੈਗੇ, ਰਾਖਵੀਂ ਸੀਟ ਰੱਖੀ ਹੋਈ ਹੈ ਤੁਹਾਡੇ ਅਕਾਲੀ ਦਲ ਦੇ ਹੈਗੇ ਨੇ। ਯਾਰ ਤੈਨੂੰ ਜ਼ਿਆਦਾ ਇਨਫੋਰਮੇਸ਼ਨ ਹੈ ਮੇਰੇ ਨਾਲੋਂ, ABP ਤੇ ਚੱਲਣ ਲੱਗ ਰਿਹਾ ਸਰ, ABP ਤੇ ਚੱਲਣ ਲੱਗ ਰਿਹਾ ਸਰ, ਇਹਨਾਂ ਨੂੰ ਲੈ ਕੇ ਜਾਓ ਬਠਿੰਡੇ ਜੀ। ABP ਵਾਲੇ ਦੱਸਾਂ ਕੀ ਹੈ, ਕਿਉਂਕਿ ਵੇਚਣੀ ਹੈ, ਚੈਨਲ ਵੇਚਣਾ, ਜੋ ਮਰਜ਼ੀ ਚੱਲੀ ਜਾਓ, ਕੋਈ ਕਿਹੜਾ ਚੈੱਕ ਚੁੱਕ ਤੱਕ ਕਰਦੇ ਨਹੀਂ, ਜੋ ਆਇਆ ਖਬਰ ਲਾ ਦਿਓ। ਐਨੀਵੇ ਥੈਂਕ ਯੂ।